ਇਹ ਬੁਲਾਰੇ ਤਕੜੇ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ 5 ਮਿੰਟਾਂ ਵਾਸਤੇ ਆਪਣੇ ਹਾਜ਼ਰੀ ਲਗਾਉਣਗੇ ਭਾਈ ਅਮਰੀਕ ਸਿੰਘ ਜੀ ਕੋਸਾਕੋਟ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਇਹ ਮੈਨੂੰ ਲੱਗਾ ਕਿ ਤੁਹਾਨੂੰ ਵੀ ਲੱਗਿਆ ਗੱਲ ਜਿਹੜੀ ਬੜੀ 1699 ਤੋਂ ਲੈ ਕੇ 1600 ਤੋਂ ਲੈ ਕੇ 1699 ਤੱਕ ਧਿਆਨ ਮਾਰਿਓ 33 ਸਾਲ ਹੀ ਬਣਦੇ ਆ ਨਾ ਤੇ 33 ਸਾਲਾਂ ਦੇ ਵਿੱਚ ਸਾਨੂੰ ਕੀ ਕੁਝ ਦਿੱਤਾ ਉਹਨਾਂ ਨੇ ਤੰਬੂ ਦੇ ਵਿੱਚ ਤਲਵਾਰ ਚੱਲੀ ਇੱਕ ਆਵਾਜ਼ ਆਈ ਆ ਉਹ ਲੱਗਾ ਵੀ ਜਿਹੜਾ ਸਹਿਰਾ ਧੜ ਤੋਂ ਅੱਡ ਹੋ ਗਿਆ ਜਕਾਰੇ ਲੱਗੇ ਤੇ ਮੈਂ ਫਤਿਹ ਬੁਲਾਈ ਤੁਸੀਂ ਇਹਨਾਂ ਗੱਜ ਕੀ ਨਹੀਂ ਆਖਿਆ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਇਹ ਤਾਂ ਚੰਗੀ ਗੱਲ ਸੀ ਤੁਸੀਂ ਮੇਰੇ ਮਗਰ ਲਾ ਗਏ ਉਹਨਾਂ ਨੇ ਮਗਰ ਲਾ ਕੇ ਤੁਹਾਨੂੰ ਤੁਹਾਡੇ ਘਰ ਜਾੜਤੇ ਉਹ ਜਾੜੇ ਕਿ ਨਹੀਂ ਜਾੜੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਘਰ ਦੀ ਗੱਲ ਸੁਣਾਉਣ ਲੱਗਾ ਬਾਈ ਜੀ ਕਹਿੰਦੇ 10 ਮਿੰਟ ਲਾ ਲਈ ਮੈਂ 5-4 ਮਿੰਟ ਦੇ ਵਿੱਚ ਨਿਬੇੜ ਦਿੰਦਾ ਮੇਲੇ ਮੈਨੂੰ 5 ਮਿੰਟ ਸੀਗੇ ਭਾਈ ਸਾਹਿਬ ਕਹਿੰਦੇ 10 ਮਿੰਟ ਮੈਂ ਜ਼ਿਆਦਾ ਨਹੀਂ ਆਪਣੇ ਘਰ ਦੀ ਗੱਲ ਕਰਨੀ ਮੈਨੂੰ ਕਿਸੇ ਦਾ ਕੋਈ ਮਤਲਬ ਨਹੀਂ 1980 ਦੇ ਵਿੱਚ ਸਰਦਾਰ ਨਛੱਤਰ ਸਿੰਘ ਦਾ ਵਿਆਹ ਮਾਂ ਕੁਲਦੀਪ ਕੌਰ ਨਾਲ ਹੋ ਗਿਆ ਉਹਨਾਂ ਦੇ ਘਰੇ 9 ਸਾਲ ਬੱਚਾ ਨਾ ਹੋਇਆ 1999 ਦੇ ਵਿੱਚ 9 ਸਾਲਾਂ ਬਾਅਦ ਉਹਨਾਂ ਦੇ ਘਰੇ ਬੱਚਾ ਹੋਇਆ ਬੜੀਆਂ ਸ਼ਹਿਦਾਈਆਂ ਬੱਜੀਆਂ ਭੰਗੜੇ ਪਾਏ ਵੀ ਨਛੱਤਰ ਸਿੰਘ ਦੇ ਘਰ ਇੱਕ ਪੁੱਤ ਨੇ ਜਨਮ ਲਿਆ 8 ਕੁ ਮਹੀਨਿਆਂ ਦਾ ਹੋਇਆ ਪਹਿਲਾਂ ਨਾਂ ਉਹਨਾਂ ਨੇ ਮਾਪਿਆਂ ਨੇ ਰੱਖ ਦਿੱਤਾ ਨਾਂ ਜੋ ਵੀ ਰੱਖਿਆ 8 ਕੁ ਮਹੀਨਿਆਂ 9 ਕੁ ਮਹੀਨਿਆਂ ਦਾ ਬੱਚਾ ਹੌਲੀ ਹੌਲੀ ਬੱਚੇ ਦੇ ਨਾਲ ਨਾ ਜਿਵੇਂ ਮਾਂ ਨੂੰ ਚਾਅ ਹੁੰਦਾ ਮੇਰਾ ਪੁੱਤ ਤੁਰਨ ਲੱਗ ਪਿਆ ਉਹ ਬੱਚਾ ਤੁਰਨ ਲੱਗ ਪਿਆ ਉਹ ਬੱਚੇ ਨੂੰ ਇੱਕ ਨਾ ਮੁਰਾਦ ਬਿਮਾਰੀ ਨੇ ਘੇਰ ਲਿਆ ਜਿਹਨੂੰ ਪੋਲੀਆ ਕਹਿ ਦਿੰਦੇ ਆ ਮਾਂ ਨੇ ਬੜੇ ਗੁਰੂ ਘਰ ਜਾ ਕੇ ਨੱਕ ਰਗੜੇ ਗੋਡੇ ਰਗੜੇ ਕਿ ਰੱਬਾ ਮੈਨੂੰ ਇਹਦੇ ਨਾਲ ਤੇ ਪੁੱਤ ਦਿੱਤਾ ਨਾ ਪਿਓ ਨੇ ਦਿਹਾੜੀ ਜਾਣਾ 2-4-5-10 ਰੁਪਏ ਦਿਹਾੜੀ ਹੁੰਦੀ ਸੀਗੀ ਉਦੋਂ ਉਹ ਮਾਂ ਨੇ ਪਿਓ ਨੇ ਕਮਾ ਕੇ ਲਿਆਉਣਾ ਤੇ ਮਾਂ ਨੇ ਡਾਕਟਰ ਦੇ ਪੁੱਤ ਨੂੰ ਚੱਕੜਾ ਲੈ ਜਾਣਾ ਨਹੀਂ ਰਾਮ ਆਇਆ ਹੋਰ ਆਸ ਜਾਗੀ ਵੀ ਹੋਰ ਬੱਚਾ ਲੈ ਲਈਏ ਵੀ ਇਹ ਤੇ ਹੁਣ ਮਾਂ ਨੇ ਪਰ ਆਸ ਨਹੀਂ ਛੱਡੀ ਫਿਰ ਬੱਚਾ ਇੱਕ ਧੀ ਨੇ ਜਨਮ ਲਿਆ ਉਹਨਾਂ ਦੇ ਘਰੇ ਧੀ ਤੋਂ ਬਾਅਦ ਫਿਰ ਇੱਕ ਪੁੱਤਰ ਨੇ ਜਨਮ ਲਿਆ ਉਹ ਪੁੱਤ ਸਹੀ ਸਲਾਮਤ ਮਾਂ ਨੇ ਬਹੁਤ ਮਾਂ ਨੂੰ ਖੁਸ਼ੀ ਹੋਈ ਵੀ ਮੇਰੇ ਵੱਡੇ ਪੁੱਤ ਨੂੰ ਸਾਂਭਣ ਦੇ ਲਈ ਮੇਰੇ ਘਰੇ ਰੱਬ ਨੇ ਪੁੱਤ ਵੀ ਦਿੱਤਾ ਮਾਪਿਆਂ ਨੇ ਨਾਂ ਜਗਸੀਰ ਸਿੰਘ ਰੱਖ ਦਿੱਤਾ ਮਾਂ ਨੇ ਬੜੇ ਲਾਡਾਂ ਚਾਵਾਂ ਦੇ ਨਾਲ ਉਹ ਪੁੱਤ ਨੂੰ ਜਵਾਨ ਕਰ ਲਿਆ 6.5 ਫੁੱਟ ਕੱਦ ਹੋ ਗਿਆ ਉਹਦਾ ਉਹ ਮਾਂ ਦੇ ਘਰੇ 2 ਧੀਆਂ ਸੀ ਤੇ ਇੱਕ ਪੁੱਤ ਸੀ ਜਿਹੜਾ ਪੋਲੀਓ ਦਾ ਸ਼ਿਕਾਰ ਸੀ ਜਿਹੜਾ ਕੁਛ ਨਹੀਂ ਕਰ ਸਕਦਾ ਸੀਗਾ ਜਿਹਨੂੰ ਚੱਕ ਕੇ ਬਿਠਾਉਂਦੇ ਸੀ ਚੱਕ ਕੇ ਇੱਥੇ ਰੱਖਦੇ ਸੀਗੇ ਮਾਂ ਨੇ ਕਿਹਾ ਕੋਈ ਗੱਲ ਨਹੀਂ ਰੱਬਾ ਕੋਈ ਸ਼ਿਕ ਬਣ ਰਿਹਾ ਤੇਰੇ ਦਾ ਤੂੰ ਮੈਨੂੰ ਪੁੱਤ ਦਿੱਤਾ ਇਹ ਮੇਰਾ 6.5 ਫੁੱਟ ਇਹਦਾ ਕੱਦ ਹੈ ਮੇਰੇ ਪੁੱਤ ਦਾ ਇਹ ਮੇਰੇ ਵੱਡੇ ਪੁੱਤ ਨੂੰ ਸੰਭਾਲ ਲਿਆ ਕਰੂਗਾ ਮੇਰੇ ਜਾਣ ਤੋਂ ਬਾਅਦ ਕਿਉਂਕਿ ਮਾਂ ਨੂੰ ਇਹ ਸੀ ਮੈਂ ਸਦਾ ਥੋੜਾ ਬਿਠੀ ਰਹਿਣਾ ਇੱਕ ਧੀ ਸੀ ਉਹਨਾਂ ਦੇ ਘਰ 2 ਧੀਆਂ ਤੇ 2 ਪੁੱਤ ਸੀ ਉਹਨਾਂ ਦੇ ਘਰੇ ਵੱਡਾ ਸੀਗਾ ਉਹ ਪੋਲੀਓ ਦਾ ਸ਼ਿਕਾਰ ਸੀਗਾ ਮਾਂ ਨੇ ਜਵਾਨ ਕਰ ਲਏ ਬੜੇ ਚਾਅ ਬੜੀਆਂ ਖੁਸ਼ੀਆਂ ਮਨਾਈਆਂ ਮਾਂ ਨੇ ਕਿਹਾ ਕਿ ਮੇਰਾ ਵੱਡਾ ਪੁੱਤ ਹੁਣ ਨਹੀਂ ਰੋਂਦਾ ਕਿਉਂਕਿ ਮੇਰੇ ਛੋਟੇ ਪੁੱਤ ਨੇ ਉਹਨੂੰ ਸਾਂਭ ਲੈਣਾ ਹੈ 27-28 ਸਾਲ ਦੀ ਉਮਰ ਹੋ ਗਈ ਉਹਦੀ ਉਹ ਮੁੰਡੇ ਦੀ ਜਿਹੜਾ ਛੋਟਾ ਮੁੰਡਾ ਸੀਗਾ ਉਦੋਂ ਕੁਛ ਟਾਈਮ ਪਹਿਲਾਂ ਉਹਦਾ ਵਿਆਹ ਵੀ ਕਰ ਦਿੱਤਾ ਮਾਪਿਆਂ ਨੇ ਵਿਆਹ ਕਰ ਦਿੱਤਾ ਉਹਦੇ ਘਰੇ 2 ਧੀਆਂ ਨੇ ਜਨਮ ਲਿਆ ਜਦੋਂ 28 ਸਾਲ ਦੀ ਉਮਰ ਸੀ ਉਹਦੇ ਘਰੇ ਜਿਹੜੀ ਧੀ ਸੀ ਛੋਟੀ 1 ਸਾਲ ਦੀ ਸੀਗੀ ਪੂਰੇ ਸਾਲ ਦੀ ਵੀ ਨਹੀਂ ਹੋਈ ਸੀ ਵੱਡੀ ਧੀ ਸੀ ਉਹਦੇ ਘਰੇ 6 ਸਾਲਾਂ ਦੀ ਸੀਗੀ 2 ਧੀਆਂ ਸੀ ਉਹ ਮੁੰਡੇ ਦੇ ਘਰੇ ਜਿਹਦੀ ਮੈਂ ਗੱਲ ਕਰਦਾ ਜਿਹੜਾ 28 ਸਾਲਾਂ ਦਾ ਸੀਗਾ ਸਰਕਾਰਾਂ ਦੇ ਇਦਾਂ ਚਾਲਾਂ ਖੇਡੀ ਖੇਡੀ ਉਹਨਾਂ ਨੇ ਆਪਣੇ ਘਰ ਭਰਨ ਦੇ ਲਈ ਚਿੱਟਾ ਨਸ਼ਾ ਜਿਹੜਾ ਹੈ ਉਹ 28 ਸਾਲਾਂ ਦਾ ਮੁੰਡਾ ਪਤਾ ਨਹੀਂ ਕਿਸੇ ਫਿਕਰਾਂ ਕਰਕੇ ਪਤਾ ਨਹੀਂ ਕਿਸੇ ਦੀ ਚੱਕ ਦੇ ਵਿੱਚ ਆ ਕੇ ਉਹ ਚਿੱਟਾ ਪੀਣ ਲੱਗ ਪਿਆ ਕੋਈ ਘਰ ਦੇ ਵਿੱਚ ਮਰਲਾ ਜ਼ਮੀਨ ਦਾ ਨਹੀਂ ਸੀਗਾ ਇੱਕ ਮਰਲਾ ਵੀ ਜ਼ਮੀਨ ਦਾ ਨਹੀਂ ਸੀਗਾ ਉਹਦਾ ਵੱਡੇ ਭਰਾ ਦੀ ਵੀ ਰੱਬ ਨੇ ਸੁਣ ਲਈ ਉਹ ਮਾੜਾ ਮੋਟਾ ਮੇਲਿਆਂ ਤੇ ਜਾ ਕੇ ਟੂਰਨਾਮੈਂਟਾਂ ਨੂੰ ਜਾ ਕੇ ਕਮੈਂਟਰੀ ਕਰਨ ਲੱਗ ਪਿਆ ਉਹਦੇ ਵੀਜੇ ਵੂਜੇ ਬਾਹਰਲੇ ਲੱਗੇ ਉਹਨੇ ਦੁਨੀਆ ਘੁੰਮ ਲਈ ਮਾਂ ਨੂੰ ਹੋਰ ਚਾਹ ਚੜਿਆ ਵੀ ਮੇਰੇ ਪੁੱਤ ਨੇ ਸਾਰੀ ਦੁਨੀਆ ਘੁੰਮ ਲਈ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਕੋਈ ਦੇਸ਼ ਨਹੀਂ ਸੱਦਿਆ ਬੜੇ ਸਨਮਾਨ ਹੋਣ ਲੱਗ ਪਏ ਜਿਹੜਾ ਉਹ ਛੋਟਾ ਭਰਾ ਸੀਗਾ ਉਹਨੂੰ ਪਤਾ ਨਹੀਂ ਕਿਹੜਾ ਫਿਕਰ ਸਤਾਉਂਦਾ ਸੀ ਪਤਾ ਨਹੀਂ ਕਿਉਂ ਕਿਸੇ ਦੇ ਮਗਰ ਲੱਗ ਕੇ ਚੰਦਰਾ ਚਿੱਟਾ ਪੀਣ ਲੱਗ ਪਿਆ ਜਦੋਂ ਚਿੱਟਾ ਪੀਣ ਲੱਗ ਪਿਆ ਨਾ ਮਾਂ ਨੂੰ ਬੜੇ ਫਿਕਰ ਰਹਿਣ ਲੱਗ ਪਏ ਮਾਂ ਬਹੁਤ ਰੋਂਦੀ ਸੀ ਉਦੋਂ ਵੀ ਮਾਂ ਨੇ ਕਿਹਾ ਮੈਨੂੰ ਇਹਦੇ ਨਾਲੋਂ ਇੱਕ ਧੀ ਹੋਰ ਦੇ ਦਿੰਦਾ ਮੈਂ ਇਹਨੂੰ ਵਿਆਹ ਕੇ ਕਿਤੇ ਹੋਰ ਤੋੜ ਦਿੱਤੀ ਜਾਂ ਰੱਬਾ ਮੈਨੂੰ ਉਹੀ ਬਖਸ਼ ਦਿੰਦਾ ਜਿਹੜਾ ਪੁੱਤ ਮੇਰੇ ਕੋਲੇ ਪਹਿਲਾਂ ਸੀ ਜਦੋਂ ਤੁਰਿਆ ਨਹੀਂ ਜਾਂਦਾ ਸੀ ਮੈਂ ਕੀ ਲੈਣਾ ਸੀ ਉਹਤੋਂ ਮਾਂ ਫਿਰ ਰੋਣ ਲੱਗ ਗਈ ਫਿਕਰਾਂ ਦੇ ਵਿੱਚ ਮਾਂ ਚਲੀ ਗਈ ਇਹ ਦੁਨੀਆ ਤੋਂ ਮਾਂ ਚਲੀ ਗਈ ਉਹ ਫਿਰ ਪਰਿਵਾਰ ਤੇ ਪਹਾੜ ਟੁੱਟਿਆ ਸਾਰੇ ਬਹੁਤ ਰੋਂਦੇ ਸੀ ਕਿ ਮਾਂ ਚਲੀ ਗਈ ਸਾਡੇ ਘਰ ਦਾ ਕੀ ਬਣੂਗਾ ਉਹ ਫਿਰ ਇਦਾਂ ਕਹਿਣ ਲੱਗ ਪਿਆ ਆਪਣੇ ਵੱਡੇ ਭਰਾ ਨੂੰ ਜਿਹਦੀ ਮੌਤ ਹੋਈ ਚਿੱਟੇ ਦੇ ਨਾਲ ਕਹਿਣ ਲੱਗ ਗਿਆ ਮੇਰਾ ਜੀ ਕਰਦਾ ਮੈਂ ਮਾਂ ਦੇ ਮਗਰੇ ਤੁਰ ਜਾਊਂ
मेरी मां बहुत रोती सी, पर फिर एक दिन ऐसा आया वो इतना उन्हें नशा बता लिया, वो चिट्टे दिया सरिंजा लाउन लग पिया, चिट्टे दे टीके लाउन लग पिया, एक दुनिया तो चला गया, घरे कौन रह गया, दो भैन रह गई जिदिया लत्तां नूं गोली होया, दो तीआं उहदा रह उहदियां रह गईआं, जिहड़ा चिट्टा लाउंदा सी दो तीआं उहदियां, चार तीआं रह गईआं उह घरे, ते दो उहनां दीआं भैणां रह गईआं उहनां दे घरे, बुढ़ा बाप रह गया जिहदी 75-80 साल उमर है, घर उजड़ गया ना, उह कोई होर नहीं उह मैं आ, अमरीक है मैं अपने दर ते आंदा आ, जदों आपां लईआं मेरे घरे विछीआं ना, मैं भुब्बा मार मार रोंदा सी, मेरे प्यो ने मेरे भरा की आख्या, मेरे पुत्र भूपाले भरा की आख्या, कहता पुत एक रीत सी मेरी, अमरीक तो तुरया नहीं जाता सी, ते पुत मेरा जी करता सी कि मैं तेरे मोढ़िया ते जावा, पर मैं तेनू अज मोढ़िया ते लैके चलिया, वो किसे घर की घड़ी नहीं, मेरे घर की घड़ी है, लाया किने नशे ते इन्हां सरकारां ने, अपने घर भर दे लई साडा घर जड़ता, मेरे घरे जाके देखियो कदे, निके निके बच्चे हैं साढ़े, चार धीआं ने साढ़े, एक कौन कसूरवार है सरकार, जे तुसी चाहुंदे हो ना साढ़े घरे सत्थर ना विछण, असी अपने पुत्तां दे ब्याहां दे बैंड बाजे वजाईए, आ मेरियां भैणां उहनां दे मत्थे सिरे सजाउण, भाबी अक्खां दे विच सुरमा पाउण, साढ़े घरे नूहां आउण चूड़े वालियां, उह भाजो इहनां सरकारां तों, आ पादो वोट लखे सुधाणे तों, काहदे लई तुरिया फिरदा उह, कदे पहाड़िया पिछे, कदे पंजाबी मां बोली पिछे लड़ पिया कराले परचे, दिल्ली जाके यब पालिया कराले परचे, वो साडे घर नहीं तुरिया फिरदा, आपके घर पिछे नहीं तुरिया फिरदा, संभाल लो यार, मैं कहना जे लखा कि मैं कहना भी सारे पंजाब की वोट होवे ना, भी कल लखे नूं पैणी आ, आ मालवे दुआबे वाले भरा जिहड़े माझे वाले तुरे फिरदे आ, लखा पहले नंबर ते जितूगा, सारे पंजाब दीआं वोटां इक्कां पैणीआं उहनूं, मौण हल्के वाले तुहानूं मैं बेनती करन दे लई आया, क्योंकि मेरा घर कबड्डी तो चलता है, मैं अब भी वह दिन छड़ के आया, जो मैं कबड्डी तो कमा के लै जाता उसने मेरे घरे रोटी पकती है, पर मैं जो दो चार दिन छड़ के आया तो मैं थोड़े लिए छड़ के आया, भी तुम अपने घर सांभ लो यार, जो तो आप किसी के घरे पल्लियां विछदियां ना, आप पल्लियां विछदियां, मां रोंदी है, भैण रोंदी है, बग्गा टुटदी है, ये मैं देखी है, मेरे घर की कहानी है, सांभ लो यार, आ थोनू मगर ला के आप उन्होंने की कुछ करता, किमें साडे घर के घर जाड़ते हैं, कहते हैं ना दिन ते रात फर्क है, रब ने रात क्यों बनाई है, दिन नूं का दसण दे लई, इह वोटां क्यों आईआं, लखां सानूं क्यों आया साडे सामने, भी इह दिन नूं इह लीडरां नूं काप चेते आ जावे, जतालो यार लखे नूं, एक वारी साडे आखे लाके लखे नूं वोट पा दो, 70 साल हो गए अपने छत्तर तां पई जांदे आ, कुट तां पई जांदी पहलां वी, इहदू उत्ते लखा की कर दूगा, पक्का जितूगा, बाबा बाबा जिंदे वसदे रहो, साडियां दिलों दुआवां है, इहदा हजमा भी कदर कर लियो, रब दी सोह दिलों बोलिया जो बोलिया, मैं भी कनेडा रह सकता सी चार महीने रहा, मैं कनेडा नहीं यार मेरा पंजाब है, आस्ट्रेलिया रहा 3-4 महीने सारा आस्ट्रेलिया देखिया, नहीं यार मैं पंजाब जाना है, न्यूजीलैंड रहा 2.5-3 महीने, मनीला मलेशिया सारे घर सारे देश देख ले, पर मेरे पंजाब वर्गा कोई नहीं, पर मेरे पंजाब के हालात की हो गए लीडरों के करते हैं, भाई आस है दिलों दुआवे थोड़े लिए, भाई जता के तोरे हो सैकटरी साहब, परमात्मा तुम्हें चढ़ती कला के रखे, मैं वादा करके जायो अज माता जी थानू कहना है, मेरी मां रोती चली गई है दुनिया को, पर तुम कंडा हथ ला लो भी नहीं, वाहगुरु थानू चढ़ती कला रखे, वाहगुरु जी का खालसा वाहगुरु जी की फतेह, बहुत बहुत धन्यवाद भाई अमरीक सिंह खोसा कोटला का, जिन्होंने अपनी एक दुखा भरी दर्द कहानी के विचों यह पूरे 15 साल 10 साल श्रोमणी अकाली दल बादल की सरकार ने सानू लुटिया, समैकां मंडिया, धन श्री गुरु ग्रंथ साहब जी जो बेअदबी, 1 जून 2015 दिन शुक्रवार 1:34 से बैबर ग्रां दीआं गलीआं दे विच खलारिया गया, ते इन्हां नूं पुछिया गया साडे नौजवानों के परचे, साडे ते डांगा भराइया, पानी दीआं पछाड़ा, अणपछाती पुलिस, इन्हां नूं पुछो ये सवाल विश्व तुसी लिया के जिम्मेवार हो, यह चिट्टा जा समैका मंडल वाले 5 साल 8 टिड्डी मुछे की जिन्हों कैप्टन अमरिंदर सिंह कहते हैं, इन्हू पुछो
ਵੀ ਇਹਨੇ ਜਾ ਕੇ ਕੀ ਕੀਤਾ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਰੌਂਪਰੋ ਫੂਲ ਦੀ ਧਰਤੀ ਤੇ ਦਾਣਾ ਮੰਡੀ ਚ ਸੌ ਖਾਧੀ ਸੀ ਕਿ ਮੈਂ ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰਕੇ ਮੈਂ ਤੁਹਾਨੂੰ ਜਮਾਤ ਐਪ ਕਰ